ਦੇਖੋ ਪੁਰਾਣੇ ਵਕਤਾਂ ਦੇ ਵਿੱਚ ਨਾ ਲੜਕੀ ਨਾ ਲੜਕਾ ਕੁਛ ਕਰਦਾ ਸੀ, ਮਾਂ ਬਾਪ ਹੀ ਲੱਭ ਲੈਂਦੇ ਸੀ। ਔਰ ਸਾਡੀ ਬੜੀ ਸੋਹਣੀ ਕਲਚਰ ਹੁੰਦੀ ਸੀ ਉਦੋਂ, ਔਰ ਫਿਰ ਰਿਸ਼ਤਾ ਵੀ ਉਸ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਪਿਛਲੇ ਜਨਮ ਦਾ ਕੁਨੈਕਸ਼ਨ ਹੋਵੇ। ਪਿਛਲੇ ਜਨਮ 'ਚ ਕੋਈ ਮੇਲ ਹੁੰਦਾ ਇੱਕ ਦੂਸਰੇ ਦਾ, ਉਸ ਤਰ੍ਹਾਂ ਹੀ ਬਣ ਕੇ ਆ ਜਾਂਦੇ ਨੇ। ਅਤੇ ਜੇ ਆਪ ਲੱਭੋਗੇ ਤਾਂ ਇਹਦਾ ਮਤਲਬ ਹੋਮੇ ਦੇ ਵਿੱਚ ਲੱਭੋਗੇ। ਫਿਰ ਜਿਹਨੂੰ ਕਹਿੰਦੇ ਲਵ ਮੈਰਿਜ, ਲਵ ਮੈਰਿਜ ਮੈਨੂੰ ਨਹੀਂ ਸਮਝ ਆਉਂਦੀ ਕਿ ਬਈ ਕਿੰਨੇ ਸੌ 'ਚੋਂ ਮੇਰੇ ਕੋਲ 5% ਜਾਂ 10% ਸਕਸੈਸਫੁਲ ਨੇ, ਬਾਕੀ ਸਾਰੇ ਲਵ ਮੈਰਿਜ ਲੜਾਈ ਝਗੜੇ ਹੋ ਜਾਂਦੇ ਨੇ। ਜਿਹੜੇ ਸੈਟਿਸਫਾਈ ਤੁਸੀਂ ਮਾਂ ਪਿਓ ਲੱਭਦੇ ਨੇ, ਤੁਹਾਡੇ ਹੋਰ ਪ੍ਰੇਮੀ ਲੱਭਦੇ ਨੇ, ਤੁਸੀਂ ਉਸ ਵੇਲੇ ਤੁਹਾਨੂੰ ਸ਼ਰਮ ਲਿਆ ਦਿੰਦੀ ਆ ਕਿ ਮੇਰੇ ਮਾਂ ਪਿਓ ਨੇ ਲੱਭਿਆ, ਉਹਦੇ ਪਿਓ ਨੇ ਰਿਸ਼ਤਾ, ਕੁੜੀ ਕਹਿੰਦਾ ਮੇਰੇ ਪਿਓ ਨੇ ਰਸਤੇ ਕੀਤਾ, ਮੇਰੀ ਮਾਂ ਨੇ ਕੀਤਾ, ਮੁੰਡਾ ਕਹਿੰਦਾ ਮੇਰੇ ਪਿਓ ਨੇ ਮਾਂ। ਉਹ ਸ਼ਰਮ ਲਿਆ ਜਿਹੜੀ ਆ ਉਹਦੇ ਨਾਲ ਫਿਰ ਪ੍ਰੇਮ ਵੱਧ ਜਾਂਦਾ ਉਹਨਾਂ ਦਾ, ਫਿਰ ਕੋਈ ਕੰਮ ਇਹੋ ਜਿਹਾ ਨਹੀਂ ਕਰਦੇ ਜਿਹੜੇ ਅਸੀਂ ਮਾਂ ਪਿਓ ਤੋਂ ਬੇਮੁਖ ਹੋਈਏ। ਇਹ ਪਿਛਲੇ ਵਕਤਾਂ ਦੇ ਇਹੋ ਹੁੰਦਾ ਸੀ ਵੀ। ਅੱਜ ਲਵ ਮੈਰਿਜ ਦੇ ਵਿੱਚ ਦੇਖੇ ਕਈ ਡਾਈਵੋਰਸਿਸ ਹੁੰਦੇ ਨੇ। ਕਦੇ ਸਿੱਖਾਂ 'ਚ ਮੈਂ ਛੋਟਾ ਹੁੰਦਾ ਕਦੇ ਸੁਣਿਆ ਨਹੀਂ ਸੀ ਕਿ ਡਾਈਵੋਰਸ, ਕਦੇ ਤਲਾਕ ਸੁਣਿਆ ਨਹੀਂ ਸੀ। ਮੁਸਲਮਾਨਾਂ ਨੇ ਜ਼ਰੂਰ ਸੁਣਿਆ ਸੀ, ਸਿੱਖਾਂ 'ਚ ਕਹਿੰਦੇ ਤਲਾਕ ਨਹੀਂ ਤਾਂ ਡਾਈਵੋਰਸ ਨਹੀਂ ਸੁਣਿਆ। ਅੱਜ ਹਜੇ ਮੈਂ ਹੈਰਾਨ ਹੋ ਰਿਹਾ, ਇੰਨੇ ਡਾਈਵੋਰਸ ਹੋ ਰਹੇ ਨੇ, ਇੰਨੇ ਤਲਾਕ ਕਿਉਂ ਤਲਾਕ ਹੋ ਰਹੇ ਨੇ? ਕਿ ਅਸੀਂ ਮਾਡਰਨ ਲਾਈਫ 'ਚ ਆ ਗਏ ਹਾਂ, ਅਸੀਂ ਆਪਣਾ ਕਲਚਰ ਪੁਰਾਣੀ ਨਹੀਂ ਭੁੱਲ ਚੁੱਕੇ ਹਾਂ। ਜੋ ਮਤਲਬ ਵੀ ਉਸ ਵੇਲੇ ਤਾਂ ਇਹ ਹੁੰਦਾ ਸੀ ਕਿ ਪਤਨੀ ਦਾ ਪਤੀ ਨਾਲ ਪਿਆਰ ਹੁੰਦਾ ਸੀ, ਪਰਮਾਤਮਾ ਵੱਲ ਹੁੰਦਾ ਵਰਗਾ ਹੁੰਦਾ ਸੀ ਕਿ ਪਤਨੀ ਆਪਣੇ ਪਤੀ 'ਚੋਂ ਪਤੀ ਨੂੰ ਉਹਦੇ 'ਚ ਪਰਮਾਤਮਾ ਦੇਖਦੀ ਸੀ, ਉਸ ਦਾ ਸਤਿਕਾਰ ਕਰਦੀ ਸੀ, ਆਪਣਾ ਪਤੀ ਵੀ ਉਹਨੂੰ ਆਪਣਾ ਪ੍ਰੇਮ ਨਾਲ ਉਹਨੂੰ ਸਤਿਕਾਰ ਕਰਦਾ ਸੀ। ਅੱਜ ਤਾਂ ਲਵ ਮੈਰਿਜ ਦਾ ਵਿੱਚ ਤਾਂ ਇੱਕ ਦੂਸਰੇ ਦੇ ਬਰਾਬਰੀ ਕਰਦੇ ਨੇ, ਇੱਕ ਦੂਸਰੇ ਗੱਲ ਨਾ ਮੰਨੀ ਤਾਂ ਤਾਂ ਛੱਡ ਕੇ ਚੱਲ ਜਾਂਦੇ। ਜਿੰਨੇ ਡਾਈਵੋਰਸ ਅੱਜ ਕੱਲ੍ਹ ਹੋ ਰਹੇ ਨੇ ਉਹ ਲਵ ਮੈਰਿਜ ਦਾ ਹੁੰਦੇ, ਦੂਸਰੇ ਬਿਲਕੁਲ ਜਿਹੜੀ ਅਰੇਂਜ ਮੈਰਿਜ ਹੁੰਦੀ ਆ ਜਿਹੜੀ ਆ ਦੂਸਰੀ, ਉਹਦੇ ਨਾਲ ਉਹਦੇ 'ਚ ਬਹੁਤ ਘੱਟ ਡਾਈਵੋਰਸ ਹੋ ਜਾਂਦੇ।